ਅੱਜ ਦਾ ਬਲੌਗ ਇੱਕ ਬਹੁਤ ਅਹਿਮ ਮਸਲੇ ਤੇ ਆ ਥੋੜਾ ਲੰਬਾ ਵਾ ਸੋ ਪਲੀਜ਼ ਬੇਅਰ ਵਿਦ ਮੀ ਪਿਛਲੇ ਕਈ ਮਹੀਨਿਆਂ ਤੋਂ ਅੰਤਰਰਾਜੀ ਦਰਿਆਈ ਪਾਣੀਆਂ ਦਾ ਮਸਲਾ ਇੱਕ ਬੜੇ ਵੱਡੇ ਵਿਵਾਦ 'ਚ ਕਿਰਿਆ ਹੋਇਆ ਹੈ ਇਹ ਮਸਲਾ ਪੰਜਾਬ ਦੇ ਤਿੰਨ ਦਰਿਆ ਰਾਵੀ ਬਿਆਸ ਤੇ ਸਤਲੁਜ ਨਾਲ ਸੰਬੰਧਿਤ ਹੈ ਪੰਜਾਬ ਨਾਲ ਸੰਬੰਧਿਤ ਪਾਣੀਆਂ ਦੇ ਮਸਲੇ ਉੱਤੇ ਤਿੰਨੇ ਪਾਰਟੀਆਂ ਯਾਨੀ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਇਸ ਮਸਲੇ 'ਚ ਇੰਨੀਆਂ ਕੋ ਗੁਣਾਗਾਰ ਅਤੇ ਲਿਪਤ ਨੇ ਕਿ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਸਾਬਤ ਕਰਨ ਲਈ ਕੋਸ਼ਿਸ਼ ਚ ਨੇ ਇਸ ਦਰਮਿਆਨ ਉਹਨਾਂ ਦੀ ਹਰ ਕੋਸ਼ਿਸ਼ ਹੈ ਕਿ ਉਹ ਆਪਣੇ ਦੋਸ਼ ਅਤੇ ਗੁਨਾਹ ਆਮ ਆਦਮੀ ਪਾਰਟੀ ਸਿਰ ਮੜ ਦੇਣ ਉਸ ਪਾਰਟੀ ਸਿਰ ਜਿਸ ਦਾ ਇਸ ਮਸਲੇ ਨਾਲ ਹੁਣ ਤੱਕ ਕੋਈ ਲੈਣਾ ਦੇਣਾ ਹੀ ਨਹੀਂ ਸੀ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕਮਿਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚ ਆ ਕੇ ਕਿਹਾ ਸੀ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਪਾਣੀ ਨਹੀਂ ਹੈ ਅਤੇ ਐਸਵਾਈਐਲ ਨਹਿਰ ਨਹੀਂ ਬਣਨੀ ਚਾਹੀਦੀ। ਉਹਨਾਂ ਦਾ کہنا ਹੈ ਕਿ ਦਿੱਲੀ ਜਾ ਕੇ ਉਹ ਇਸ ਬਿਆਨ ਉੱਤੇ ਖੜੇ ਨਹੀਂ ਰਹੇ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਬਾਕੀ ਪਾਰਟੀਆਂ ਦੀ ਪਾਣੀ ਬਾਬਤ ਭੂਮਿਕਾ ਦੀ। ਕੀ ਇਹ ਸਹੀ ਨਹੀਂ ਹੈ ਕਿ ਹੁਣ ਤੱਕ ਜਿੰਨਾ ਪਾਣੀ ਪੰਜਾਬ ਦਾ ਰਾਜਸਥਾਨ ਅਤੇ ਹਰਿਆਣਾ ਵਰਗੇ ਸੂਬਿਆਂ ਨੂੰ ਦਿੱਤਾ ਗਿਆ ਜਾਂ ਦੇਣ ਸੰਬੰਧੀ ਸਮਝੌਤੇ ਕੀਤੇ ਗਏ ਉਹ ਸਾਰੇ ਕਾਂਗਰਸ ਰਾਜਵਲੇ ਹੋਏ ਨੇ 1955 1976 ਅਤੇ 1982 ਦੇ ਸਮਝੌਤੇ ਇਸ ਗੱਲ ਦੇ ਗਵਾਹ ਨੇ ਇਸੇ ਤਰ੍ਹਾਂ ਕੀ ਇਹ ਸਹੀ ਨਹੀਂ ਹੈ ਕਿ SYL ਵਾਸਤੇ ਜ਼ਮੀਨ ਗ੍ਰੈਂਡ ਕਰਨ ਦਾ سلسلہ ਅਕਾਲੀ ਦਲ ਰਾਜਵਲੇ 1978 ਚ ਸ਼ੁਰੂ ਹੋਇਆ ਸੀ ਕੀ ਇਹ ਸਹੀ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦੋਸਤ ਦੇਵੀ ਲਾਲ ਤੋਂ ਨਹਿਰ ਬਣਾਉਣ ਲਈ ਪੈਸੇ ਲਏ ਸਨ ਜਿਹੜਾ ਰਜੀਵ ਲੋਂਗੋਵਾਲ ਦਾ ਸਮਝੌਤਾ 1985 ਚ ਹੋਇਆ ਉਹ ਕਾਂਗਰਸ ਅਤੇ ਅਕਾਲੀ ਦਲ ਦਾ ਪਾਣੀਆਂ ਬਾਬਤ ਸਾਂਝ ਦਾ ਇੱਕ ਸਬੂਤ ਆ। ਇਸ ਸਮਝੌਤੇ ਤਹਿਤ ਅਕਾਲੀ ਦਲ ਨੇ ਐਸ.ਵੀ.ਐਲ ਨਹਿਰ ਬਣਾਉਣ ਦਾ ਵਾਅਦਾ ਕੀਤਾ ਅਤੇ ਇਸ ਵਾਅਦੇ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਾਣੀਆਂ ਦੇ ਮਸਲੇ ਉੱਤੇ ਜਿਹੜੇ ਕਦਮ ਹੁਣ ਇਹ ਦੋਵੇਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਚੁੱਕ ਰਹੀਆਂ ਨੇ ਉਹ ਆਪਣੀਆਂ ਗਲਤੀਆਂ ਅਤੇ ਕਾਰਿਆਂ ਉੱਤੇ ਮਿੱਟੀ ਪਾਉਣ ਬਰਾਬਰ ਹੈ। ਇਹ ਸਹੀ ਹੈ ਕਿ 2004 ਚਮਿੰਦਰ ਸਿੰਘ ਨੇ ਪਾਣੀਆਂ ਦੀਆਂ ਤਾਜ਼ੀਆਂ ਸੰਧੀਆਂ ਰੱਦ ਕਰਨ ਦਾ ਕਾਨੂੰਨ ਵਿਧਾਨ ਸਭਾ ਚ ਪਾਸ ਕੀਤਾ ਉਹਨਾਂ ਨੂੰ ਪੁੱਛਿਆ ਜਾਏ ਕਿ ਇਹ ਸੰਧੀਆਂ ਕਿੰਨੇ ਕੀਤੀਆਂ ਸਨ ਇਸ ਕਾਨੂੰਨ ਤਹਿਤ ਬਾਕੀ ਰਹਿੰਦਾ 1.88 ਐਮਐਫ ਪਾਣੀ ਤਾਂ ਵਿਵਾਦ ਦਾ ਮਸਲਾ ਬਣ ਗਿਆ ਪਰ ਜਿਹੜਾ ਪਾਣੀ ਕਾਂਗਰਸ ਨੇ ਬਾਕੀ ਰਾਜਾਂ ਨੂੰ ਦੇ ਦਿੱਤਾ ਹੈ ਜਿਹੜਾ ਚਲਾ ਗਿਆ ਜਾ ਰਿਹਾ ਵਾ ਉਹਦਾ ਕੀ ਬਣੂਗਾ ਉਸ ਲਈ ਕਾਂਗਰਸ ਜ਼ਿੰਮੇਵਾਰ ਨਹੀਂ ਇਸੇ ਤਰ੍ਹਾਂ ਅਕਾਲੀ ਭਾਜਪਾ ਨੇ ਐਸਵਾਈਐਲ ਉੱਪਰ ਨੋਟੀਫਿਕੇਸ਼ਨ ਦਾ ਰੱਦ ਕਰ ਦਿੱਤੀ ਪਰ ਉਹਦਾ ਕੀ ਮਾਇਨਾ ਨੋਟੀਫਿਕੇਸ਼ਨ ਕਿੰਨੇ ਕੀਤੀ ਸੀ ਪਹਿਲੋਂ ਤੇ ਪੁੱਛੋ ਉਸ ਉੱਪਰ ਤਾਂ ਰਾਜਪਾਲ ਨੇ ਜਿਹੜਾ ਇਹਨਾਂ ਨੇ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਮੋਰ ਵੀ ਨਹੀਂ ਲਾਈ ਵੈਸੇ ਵੀ ਇਸ ਉੱਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਜਿਹੜਾ ਪੈਸਾ ਇਹਨਾਂ ਨੇ ਵਾਪਸ ਦਿੱਤਾ ਹਰਿਆਣੇ ਨੂੰ ਉਹ ਕਿੰਨੇ ਲਿਆ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਲਿਆ ਸੀ ਆਪ ਹੀ ਪੈਸਾ ਲੈ ਕੇ ਹੁਣ ਵਾਪਸ ਦੇ ਦਿੱਤਾ ਔਰ ਕਹਿੰਦਾ ਜੀ ਵੇਖੋ ਅਹੀਂ ਕਿੰਨੀ ਬਾਦਰੀ ਕਰ ਲਈ ਸੋ ਕੀ ਇਹ ਮਹਿਜ਼ ਕਾਗਜ਼ੀ ਕਾਰਵਾਈ ਬਣ ਕੇ ਨਹੀਂ ਰਹਿ ਗਈ ਹੁਣ ਆਉਂਦੇ ਆ ਕੇਜਰੀਵਾਲ ਦੇ ਬਿਆਨ ਉੱਪਰ ਉਹ ਇਕੱਲੇ ਹੀ ਰਾਸ਼ਟਰੀ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਪ੍ਰਤੀ ਪੰਜਾਬ ਦੇ ਹੱਕ ਦਾ ਬਿਆਨ ਦਿੱਤਾ ਹੈ ਕੀ ਉਹਨਾਂ ਨੇ ਕੋਈ ਗੁਨਾਹ ਕੀਤਾ ਕੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਾਂ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨੇ ਪੰਜਾਬ ਦੇ ਪਾਣੀਆਂ ਪ੍ਰਤੀ ਆਪਣਾ ਸਟੈਂਡ ਸਪਸ਼ਟ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਸਟੈਂਡ ਪੰਜਾਬ ਪ੍ਰਤੀ ਹੈ ਹੀ ਨਹੀਂ ਬਾਕੀ ਰਹੀ ਗਈ ਗੱਲ ਰਾਜਸੀ ਲੀਡਰਾਂ ਦੀ ਕੀ ਹਰਿਆਣਾ ਦੇ ਭਵਿੰਦਰ ਹੁੱਡਾ ਤੇ ਪੰਜਾਬ ਦੇ ਅਮਰਿੰਦਰ ਸਿੰਘ ਦਾ ਪਾਣੀਆਂ ਉੱਪਰ ਸਟੈਂਡ ਇੱਕੋ ਹੀ ਆ ਇਸੇ ਤਰ੍ਹਾਂ ਇਸੇ ਤਰ੍ਹਾਂ ਕੀ ਭਾਜਪਾ ਦੇ ਹਰਿਆਣਾ ਅਤੇ ਪੰਜਾਬ ਦੇ ਲੀਡਰਾਂ ਦਾ ਸਟੈਂਡ ਵੱਖਰਾ ਨਹੀਂ ਜ਼ਾਹਿਰ ਹੈ ਕਿ ਹਰ ਰਾਜ ਦੇ ਲੀਡਰ ਆਪਣੇ ਰਾਜ ਦੀ ਗੱਲ ਕਰਨਗੇ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਪਾਣੀਆਂ ਪ੍ਰਤੀ ਮਨਸ਼ਾ ਜ਼ਾਹਿਰ ਕਰ ਦਿੱਤੀ ਹੈ ਜੋ ਪੰਜਾਬ ਦੇ ਹਿੱਤ ਚ ਬਾਕੀ ਇਸ ਮਸਲੇ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਖੁਦ ਚੁੱਕਣਗੇ ਅਤੇ ਪੰਜਾਬ ਦੇ ਹਿੱਤਾਂ ਵੀ ਰਾਖੀ ਕਰਨਗੇ। ਇਹ ਗੱਲ ਸਾਫ਼ ਹੈ ਕਿ ਆਮ ਆਦਮੀ ਪਾਰਟੀ ਚੋਰ ਸਪਾਈ ਦੀ ਖੇਡ ਨਹੀਂ ਖੇੜਦੀ। ਇਹ ਪਾਰਟੀਆਂ ਖੇਡਦੀਆਂ। ਆਮ ਆਦਮੀ ਪਾਰਟੀ ਸਪਸ਼ਟ ਗੱਲ ਕਰਦੀ ਹੈ। ਉਹ ਗੱਲ ਜਿਸ ਉੱਪਰ ਉਹ ਖਰੀ ਉਤਰ ਸਕੇ।